ਦਿੱਤਾ ਗਿਆ ਜਿਹੜੀ ਐਨਓਸੀ ਵਾਲੀ ਦ੍ਰਿਸ਼ਟੀ ਦੀ ਪ੍ਰੋਬਲਮ ਸੀ ਉਹ ਖਤਮ ਕਰ ਦਿੱਤੀ ਗਈ ਸੋ ਦੇਖੋ ਮਾਨ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਸੋ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀ 10 ਸਾਲਾਂ ਦੀ ਖੱਜਲ ਖੁਆਰੀ ਸੀ ਉਹ ਮਾਨ ਸਰਕਾਰ ਨੇ ਖਤਮ ਕੀਤੀ ਪਿਛਲੀਆਂ ਸਰਕਾਰਾਂ ਹਮੇਸ਼ਾ ਹੀ ਝੂਠੇ ਦਾਅਵੇ ਝੂਠੇ ਵਾਅਦੇ ਕਰਦੀਆਂ ਰਹੀਆਂ ਪੰਜਾਬੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਸੋ 3 ਸਤੰਬਰ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਪਵਨ ਸਿੰਘ ਮਾਨ ਜੀ ਅਸੀਂ ਇੱਕ ਬਿੱਲ ਸਰਕਾਰ ਬਿੱਲ ਲੈ ਕੇ ਆਈ ਸੋ ਬਿੱਲ ਪਾਸ ਕੀਤਾ ਗਿਆ ਸੋ ਮਾਨਯੋਗ ਗਵਰਨਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਉਸ ਬਿੱਲ ਨੂੰ ਪਾਸ ਸਹਿਮਤੀ ਦਿੱਤੀ ਸੋ ਜਿਸ ਕੋਲ 31 ਜੁਲਾਈ 2024 ਤੱਕ ਦੇ ਗੈਰ ਕਾਨੂੰਨੀ ਵਿੱਚ 500 ਵਰਗ ਗਜ ਤੱਕ ਦੇ ਪਲਾਟ ਸੀਗੇ ਉਹਨਾਂ ਨੂੰ ਕੋਲ ਕੋਈ ਵੀ ਬਿਆਨਾ ਐਗਰੀਮੈਂਟ ਪਾਵਰ ਆਫ ਅਟਾਰਨੀ ਉਹਨਾਂ ਦੀ ਐਨਓਸੀ ਵਾਲੀ ਜਿਹੜੀ ਸ਼ਰਤ ਆ ਉਹ ਹਟਾ ਦਿੱਤੀ ਗਈ ਉਹਨਾਂ ਦੀਆਂ ਰਿਸ਼ਤੀਆਂ ਹੋਣਗੀਆਂ ਸੋ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਪੰਜਾਬ ਚੱਲਣੀਆਂ ਸੀ ਉਹਨਾਂ ਨੂੰ ਠਾਲਣ ਹੁੰਦੇ ਹੀ ਪਵੇਗੀ ਇਹ ਜਿਹੜੇ ਪੰਜਾਬ ਦੇ ਭੋਲੇ ਭਾਲੇ ਲੋਕ ਜਿਹੜੇ ਇਲੀਗਲ ਕਲੋਨੀਆਂ ਵਿੱਚ ਪਲਾਟ ਲੈ ਬੈਠੇ ਸੀ ਘਰ ਲੈ ਬੈਠੇ ਸੀ ਬਿਜਲੀ ਮੀਟਰ ਲੱਗਣ ਦੀ ਪ੍ਰੋਬਲਮ ਆ ਰਹੀ ਸੀ ਰਿਸ਼ਤੀ ਨਹੀਂ ਹੋ ਰਹੀ ਸੀ ਸੋ ਉਹਨਾਂ ਨੂੰ ਇਹ ਸਹੂਲਤ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਪਵਨ ਸਿੰਘ ਮਾਨ ਜੀ ਨੇ ਇਹ ਦੀਵਾਲੀ ਦਾ ਤੋਹਫਾ ਦਿੱਤਾ ਸੋ ਆਉਣ ਵਾਲੇ ਟਾਈਮ 'ਤੇ ਜਿਹੜੀਆਂ ਇਲੀਗਲ ਕਲੋਨੀਆਂ ਚੱਲ ਰਹੀਆਂ ਉਹਨਾਂ 'ਤੇ ਪੂਰੀ ਨੱਥ ਜਿਵੇਂ ਕਾਰਵਾਈ ਚੱਲ ਰਹੀ ਹੈ ਉਹ ਕਾਰਵਾਈ ਉਸ ਤਰ੍ਹਾਂ ਚੱਲਦੀ ਰਹੇਗੀ ਸ਼ਹਿਰਾਂ ਦੀ ਪਲੈਨਿੰਗ ਡਿਵੈਲਪਮੈਂਟ ਤਰੀਕੇ ਨਾਲ ਹੋਵੇਗੀ ਸੋ ਮੈਂ ਪੰਜਾਬ ਦੇ ਸਾਰੇ ਭਰਾਵਾਂ ਨੂੰ ਇਹ ਵਧਾਈ ਵੀ ਦਿੰਦਾ ਅਤੇ ਨਾਲ ਬੇਨਤੀ ਕਰਦਾ ਕਿ ਇਹ ਜਿਹੜੀ ਐਨਓਸੀ ਤੋਂ ਬਿਨਾਂ ਤੁਹਾਡੀ ਰਜਿਸਟਰੀ ਨਹੀਂ ਹੋ ਰਹੀ ਸੀ ਉਹਨੂੰ ਜਲਦੀ ਕਰਵਾ ਲਿਆ ਜਾਵੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਫੈਸਲੇ ਨਾਲ ਹੀ ਚੱਲੇਗੀ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਲੋਕਾਂ ਲਈ ਵੱਡੀ ਰਾਹਤ ਹੈ ਜਿਸ ਦੇ ਭੋਲੇ ਭਾਲੇ ਲੋਕਾਂ ਦਾ ਪੈਸਾ ਬਰਬਾਦ ਨਹੀਂ ਹੋਵੇਗਾ ਸੋ ਭਵਿੱਖ ਵਿੱਚ ਗੈਰ ਕਲੋਨੀਆਂ ਵਿਕਸਿਤ ਹੋਣ 'ਤੇ ਸਖ਼ਤ ਪਾਬੰਦੀ ਹੋਵੇਗੀ ਸੋ ਮੈਂ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਵਾਸੀਆਂ ਵੱਲੋਂ ਵੀ ਧੰਨਵਾਦ ਕਰਦਾ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸੋ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਸੋ ਅੱਜ ਸਾਰੇ ਭਰਾ ਪਹੁੰਚੇ ਤੋ ਤੁਹਾਡੇ ਹੀ ਚੈਨਲ ਰਾਹੀਂ ਇਹ ਖਬਰ ਲੋਕਾਂ ਤੱਕ ਪਹੁੰਚੇਗੀ ਲੋਕਾਂ ਨੂੰ ਜਿਹੜੀ ਐਨਓਸੀ ਦੀ ਪ੍ਰੋਬਲਮ ਸੀ ਉਹ ਖਤਮ ਹੋਵੇਗੀ ਸੋ ਮੈਂ ਇੰਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਹ ਸਰ ਹਫ਼ਤੇ ਕੁ ਦਾ ਪ੍ਰੋਸੀਜਰ ਰਹਿ ਗਿਆ ਹਫ਼ਤੇ ਕੁ ਬਾਅਦ ਆਪਣਾ ਦੀਵਾਲੀ ਤੋਂ ਬਾਅਦ ਚਾਲੂ ਹੋ ਜਾਏਗਾ ਜੀ ਦੀਵਾਲੀ ਤੋਂ ਬਾਅਦ ਇਹ ਐਨਓਸੀਆਂ ਹਫ਼ਤਾ ਹੋਰ ਲਗਾ ਲਓ ਮੰਨ ਲਓ 10 ਨਵੰਬਰ ਤੋਂ ਸਟਾਰਟ ਹੋ ਜਾਏਗਾ ਨੋਟੀਫਿਕੇਸ਼ਨ ਨੂੰ ਹਫ਼ਤਾ 10 ਦਿਨ ਲੱਗ ਜਾਂਦੇ ਜੀ ਅਫਸਰ ਸਾਹਿਬਾਨ ਬੈਠੇ ਆ ਇਹਨਾਂ ਨੇ ਇਹੀ ਦੱਸਿਆ ਕਿ ਇਹਨੂੰ ਹਫ਼ਤਾ ਪ੍ਰੋਸੀਜਰ ਹੈਗਾ ਹਫ਼ਤੇ ਕੁ ਦਾ ਦੇਖੋ ਗਵਰਨਰ ਸਾਹਿਬ ਨੇ ਮਨਜ਼ੂਰ ਕਰਤਾ ਗਵਰਨਰ ਸਾਹਿਬ ਨੂੰ ਹੋ ਗਿਆ ਬਜਟ ਵਿੱਚ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਤੇ ਹੁਣ ਤੇ ਕੋਈ ਇਹੋ ਜਿਹਾ ਪ੍ਰੋਬਲਮ ਰਹੀ ਨਹੀਂ ਨਹੀਂ ਦੇਖੋ ਜਦੋਂ ਵਿਧਾਨ ਸਭਾ ਦੇ ਬਿੱਲ ਪਾਸ ਹੋ ਗਿਆ ਗਵਰਨਰ ਸਾਹਿਬ ਨੇ ਸਹਿਮਤੀ ਦੇ ਦਿੱਤੀ ਤਹਿਸੀਲਦਾਰ ਸਾਹਿਬਾਨ ਸਰਕਾਰ ਦੇ ਨਾਲ ਨੇ ਜਿਵੇਂ ਸਰਕਾਰ ਦੀ ਮਨਜ਼ੂਰੀ ਹੋ ਗਈ ਤੇ ਰਿਸ਼ਤੀਆਂ ਨੂੰ ਪ੍ਰੋਬਲਮ ਨਹੀਂ ਆਊਗੀ ਹੋਏਗੀ ਸਾਰਿਆਂ ਦੀਆਂ ਹੋਣਗੀਆਂ ਪਰ ਹੋਣਗੀਆਂ 500 ਵਜੇ ਤੱਕ ਨਹੀਂ ਜਿਹਨਾਂ ਦੇ ਕੋਲ ਬਿਆਨੇ ਆ ਜਿਹਨਾਂ ਦੇ ਕੋਲ ਐਗਰੀਮੈਂਟ ਹੈ ਜਾਂ ਕੋਈ ਪਾਵਰ ਆਫ ਅਟਾਰਨੀ ਹੈ ਉਹਨਾਂ ਸਾਰਿਆਂ ਦੇ ਲਈ ਇਹ ਸਹੂਲਤ ਦਿੱਤੀ ਗਈ ਹੈ ਗੈਰ ਕਾਨੂੰਨੀ ਕਲੋਨੀਆਂ ਬਹੁਤ ਵੱਡੇ ਲੈਵਲ ਤੇ